ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਨੇ ਅਤੇ ਚਾਂਦੀ ਦੇ ਯਾਦਗਾਰੀ ਸਿੱਕੇ 7 ਜਨਵਰੀ ਸੋਮਵਾਰ ਨੂੰ ਸੰਗਤ SGPC ਦਫ਼ਤਰ ਦੇ ਸਥਿਤ ਧਰਮ ਪ੍ਰਚਾਰ ਕਮੇਟੀ ਤੋਂ ਹਾਸਲ ਕਰ ਪਾਉਣਗੇ। SGPC ਦੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਦਾ ਕਹਿਣਾ ਹੈ ਕਿ SGPC ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਸੋਨੇ ਅਤੇ ਚਾਂਦੀ ਦੇ ਸਿੱਕੇ ਜਾਰੀ ਕੀਤੇ ਜਾਣ। ਸੋਨੇ ਦੇ 10 ਅਤੇ 5 ਗ੍ਰਾਮ ਅਤੇ ਚਾਂਦੀ ਦੇ 50 ਅਤੇ 25 ਗ੍ਰਾਮ ਦੇ ਸਿੱਕੇ ਜਾਰੀ ਕੀਤੇ ਜਾਣਗੇ। ਜਗਤ ਗੁਰੂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪਾਵਨ ਪ੍ਰਕਾਸ਼ ਗੁਰਪੁਰਬ 'ਤੇ ਸੋਨੇ ਅਤੇ ਚਾਂਦੀ ਦੇ ਯਾਦਗਾਰੀ ਸਿੱਕੇ ਜਿਹੜੇ ਆ ਉਹ ਧਰਮ ਪ੍ਰਚਾਰ ਕਮੇਟੀ ਵੱਲੋਂ ਤਿਆਰ ਕੀਤੇ ਗਏ ਨੇ। ਮਾਨਯੋਗ ਪ੍ਰਧਾਨ ਸਾਹਿਬ ਵੱਲੋਂ ਹੋਏ ਆਦੇਸ਼ ਅਨੁਸਾਰ ਇਹ ਸੋਮਵਾਰ ਤੋਂ ਖਜ਼ਾਨਚੀ ਧਰਮ ਪ੍ਰਚਾਰ ਕਮੇਟੀ ਪਾਸੋਂ ਪ੍ਰਾਪਤ ਕੀਤੇ ਜਾ ਸਕਦੇ ਆ। ਇਹ ਸੋਨੇ ਅਤੇ ਚਾਂਦੀ ਦੇ ਸਿੱਕੇ ਜਿਹੜੇ ਆ, ਸੋਨੇ ਦਾ ਸਿੱਕਾ 10 ਗ੍ਰਾਮ ਅਤੇ 5 ਗ੍ਰਾਮ ਦਾ ਵਾ, ਜਿਹੜੇ ਚਾਂਦੀ ਦੇ ਸਿੱਕੇ ਨੇ ਉਹ 50 ਗ੍ਰਾਮ ਅਤੇ 25 ਗ੍ਰਾਮ ਦੇ ਨੇ। ਇਹਨਾਂ ਸਿੱਕਿਆਂ ਵਾਸਤੇ ਜਿਹੜੀ ਸੰਗਤ ਆ ਉਹ ਖਜ਼ਾਨਚੀ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਫ਼ਤਰ ਤੋਂ ਪ੍ਰਾਪਤ ਕਰ ਸਕਦੇ ਨੇ। ਸੋਮਵਾਰ ਤੋਂ ਇਹ ਮਿਲਣੇ ਸ਼ੁਰੂ ਹੋ ਜਾਣਗੇ। ਬਾਅਦ ਦੇ ਵਿੱਚ ਅਸੀਂ ਇਹਦਾ ਇੱਕ ਕਾਊਂਟਰ ਜਿਹੜਾ ਵਾ ਉਹ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ 'ਤੇ ਵੀ ਸ਼ੁਰੂ ਕਰਾਂਗੇ, ਪਰ ਸੋਮਵਾਰ ਤੋਂ ਇੱਥੋਂ ਪ੍ਰਾਪਤ ਕਰ ਸਕਦੀਆਂ ਸੰਗਤ। ਔਨਲਾਈਨ ਵੀ ਲੋਕ ਨਹੀਂ, ਔਨਲਾਈਨ ਨਹੀਂ ਕੀਤੇ ਜਾ ਸਕਦੇ ਕਿਉਂਕਿ ਔਨਲਾਈਨ ਅਸੀਂ ਕੋਈ ਬਿਜ਼ਨਸ ਨਹੀਂ ਕਰ ਰਹੇ। ਇਹ ਬਹੁਤ ਹੀ ਪਾਵਨ ਪਵਿੱਤਰ ਇਤਿਹਾਸਿਕ ਯਾਦ ਆ ਗੁਰੂ ਨਾਨਕ ਸਾਹਿਬ ਜੀ, ਇਹ ਬੜੇ ਅਦਬ ਸਤਿਕਾਰ ਦੇ ਨਾਲ ਦਫ਼ਤਰ ਤੋਂ ਹੀ ਪ੍ਰਾਪਤ ਹੋ ਸਕਦੇ ਆ। ਸਾਡਾ ਇਹਦੇ 'ਚ ਕੋਈ ਬਿਜ਼ਨਸ ਨਹੀਂ ਹੈਗਾ ਮੰਤਵ ਕਿ ਅਸੀਂ ਔਨਲਾਈਨ ਪ੍ਰਬੰਧ ਕਰ ਸਕੀਏ, ਨਾ ਅਸੀਂ ਕੋਈ ਔਨਲਾਈਨ ਕਰ ਸਕਦੇ। ਲੇਕਿਨ ਜਿਨ੍ਹਾਂ ਨੇ ਪ੍ਰਾਪਤ ਕਰਨੀ ਉਹਨਾਂ ਨੂੰ ਜਿਹੜੀ ਮਾਇਆ ਦੇਣੀ ਹੈ ਉਹ ਕਿਸ ਹਿਸਾਬ ਨਾਲ ਉਹ ਦਿੱਤੀ ਜਾਏਗੀ? ਉਹ ਮਾਇਆ ਜਿਹੜੀ ਆ ਖਜ਼ਾਨਚੀ ਪਾਸ ਜਿਹੜੀ ਆ ਨਿਸ਼ਚਿਤ ਜਮ੍ਹਾਂ ਕਰਵਾ ਕੇ ਰਸੀਦ ਪ੍ਰਾਪਤ ਕਰਨਗੇ, ਅਤੇ ਨਾਲ ਦੀ ਨਾਲ ਹੀ ਸੋਨੇ ਚਾਂਦੀ ਦਾ ਸਿੱਕਾ ਜਿਹੜਾ ਉਹ ਚਾਹੁੰਦੇ ਆ ਪ੍ਰਾਪਤ ਕਰਨਾ ਚਾਹੁੰਦੇ ਆ, ਯਾਦਗਾਰ ਰੱਖਣਾ ਚਾਹੁੰਦੇ ਆ, ਉਹ ਪ੍ਰਾਪਤ ਕਰ ਸਕਦੇ। ਇਹਦਾ ਕੋਈ ਰੇਟ ਫਿਕਸ ਕੀਤਾ ਜਾਏਗਾ ਜਾਂ ਅਖਬਾਰ ਦੇ ਜੋ ਡੇਲੀ ਰੇਟਸ ਹੋਣਗੇ ਉਹਦੇ ਮੁਤਾਬਕ? ਉਹ ਡੇਲੀ ਜਿਹੜਾ ਵਾ ਸਾਡੇ ਖਜ਼ਾਨਚੀ ਕੋਲ ਆਣ ਕੇ ਸੋਨੇ ਚਾਂਦੀ ਦਾ ਦੇਖੋ ਜਿਹੜਾ ਰੇਟ ਹੁੰਦਾ, ਮਾਰਕੀਟ ਵੈਲਿਊ ਜਿਹੜੀ ਆ ਉਹ ਡੇਲੀ ਚੇਂਜ ਹੁੰਦੀ ਰਹਿੰਦੀ ਆ, ਤਾਂ ਉਹਦੇ ਕਾਰਨ ਜਿਹੜੀ ਇਹਦੀ ਮੈਨੂਫੈਕਚਰਿੰਗ ਪਾਵਰ ਆ, ਜਿਹੜਾ ਖਰਚੇ ਆਏ ਆ ਉਹ ਪਾ ਕੇ ਜੈਨੂਅਨ ਜੀ ਜਿਹੜੀ ਆ ਉਹ ਰੋਜ਼ਾਨਾ ਦੇ ਰੋਜ਼ਾਨਾ ਹੀ ਪ੍ਰਾਪਤ ਕਰ ਸਕਣ।